ਚੰਡੀਗੜ੍ਹ ਵਿਖੇ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਇਸ ਦਲਦਲ 'ਚੋਂ ਬਾਹਰ ਕੱਢਣ ਸੰਬੰਧੀ ਰਣਨੀਤੀ ਬਣਾਉਣ ਲਈ ਮੀਟਿੰਗ ਕੀਤੀ ਗਈ। ਇਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ ਦਾ ਸਹਿਯੋਗ ਇਸ ਕੰਮ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ SSPs ਅਤੇ ਡਿਪਟੀ ਕਮਿਸ਼ਨਰਾਂ ਨੂੰ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਦਿਸ਼ਾ ਨਿਰਦੇਸ਼ ਵੀ ਦਿੱਤੇ ਨੇ। ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ SSPs ਦੇ ਨਾਲ ਮੁਲਾਕਾਤ ਕੀਤੀ ਗਈ, ਜਿੱਥੇ ਨਸ਼ਿਆਂ ਦੇ ਖਾਤਮੇ ਲਈ ਸਖ਼ਤ ਨਿਰਦੇਸ਼ ਸਭ ਨੂੰ ਦਿੱਤੇ ਗਏ। ਮੀਟਿੰਗ ਤੋਂ ਬਾਅਦ ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਲੋਕਾਂ ਦਾ ਸਹਿਯੋਗ ਇਸ ਅਲਾਮਤ ਨੂੰ ਖਤਮ ਕਰਨ ਲਈ ਬਹੁਤ ਜ਼ਰੂਰੀ ਹੈ। DC ਸਾਹਿਬਾਨ ਨੇ ਅਤੇ ਪੁਲਿਸ ਅਧਿਕਾਰੀਆਂ ਨੇ ਜਿਹੜੀ ਰਿਪੋਰਟ ਦਿੱਤੀ ਹੈ, ਉਸ ਤੋਂ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਜਿਹੜੇ ਹੈ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ, ਉਹ ਜਿਹੜੇ ਲੋਕ ਨਸ਼ੇ ਦੀ ਲੱਤ ਨਾਲ ਜੁੜ ਗਏ, ਉਹਨਾਂ ਦੇ ਉੱਤੇ ਅਕਾਲੀਆਂ ਨੇ ਜਿਹੜਾ ਪ੍ਰਕੋਪ ਪਾਇਆ, ਨਸ਼ੇ ਦੀ ਜਿਹੜੀ ਛਾਂ ਸਾਰੇ ਪੰਜਾਬ ਦੇ ਉੱਤੇ ਉਹਨਾਂ ਨੂੰ ਕਾਲਾ ਸਾਇਆ ਚੜ੍ਹਿਆ, ਸੁਸਾਇਟੀ ਦੀ ਇਨਵੋਲਵਮੈਂਟ ਪੂਰੀ ਤਰ੍ਹਾਂ ਹੁਣ ਨਸ਼ੇ ਨੂੰ ਖਤਮ ਕਰਨ ਦੀ ਅੱਜ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨਾਂ ਦਾ ਯਕੀਨ ਪੂਰਾ ਬਣ ਕੇ, ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਯਕੀਨ ਬਣ ਕੇ, ਸੁਸਾਇਟੀ ਨੇ ਮਨ ਠਾਣ ਲਿਆ ਵੀ ਅਸੀਂ ਮਿਲ ਕੇ ਇਸ ਨਸ਼ੇ ਨੂੰ ਖਤਮ ਕਰਨਾ। ਅਤੇ ਮੈਂ ਅੱਜ ਪੂਰੇ ਹੌਸਲੇ ਨਾਲ ਕਹਿ ਸਕਦਾ ਵੀ ਓਵਰ ਅ ਪੀਰੀਅਡ ਆਫ ਟਾਈਮ ਆਹ ਜਿਹੜੀ ਨਸ਼ੇ ਦੀ ਆਦਤ ਹੈ ਇਹਨੂੰ ਵੀ ਖਤਮ ਕਰਾਂਗੇ, ਅਤੇ ਨਸ਼ੇ ਦੀ ਸਪਲਾਈ ਨੂੰ ਪਹਿਲਾਂ ਵੀ ਠੱਲ ਪਾਈ ਜਾ ਚੁੱਕੀ ਹੈ, ਅਤੇ ਨਸ਼ੇੜੀ ਜਿਹੜੇ ਲੋਕ ਹੈ, ਜਿਹੜੇ ਨਸ਼ੇ ਦੇ ਆਦੀ ਲੋਕ ਹੈ, ਉਹ ਇੱਧਰ ਉੱਧਰ ਜਿਹੜੇ ਜਾ ਕੇ ਨਸ਼ੇ ਪਾਲਦੇ ਫਿਰਦੇ ਹੈ, ਨਵੀਆਂ ਆਪ ਦੀ ਕੋਈ ਨਸ਼ੇ ਕਾਢ ਕੱਢੀ ਜਾਂਦੀ ਹੈ ਜਿਹਦੇ ਕਰਕੇ ਮੌਤਾਂ ਹੋ ਰਹੀਆਂ ਦਰਦਨਾਕ, ਉਹਦੇ ਉੱਤੇ ਵੀ ਨਕੇਲ ਪਊਗੀ। ਇਸ ਓਨਲੀ ਪੋਸੀਬਲ ਮੇਰਾ ਮੰਨਣਾ ਹੈ, ਐਸੇ ਕਰਕੇ ਸੰਭਵ ਹੈ ਵੀ ਅੱਜ ਜਿਹੜੇ ਲੋਕ ਹੈ ਉਹ ਇਸ ਮੂਵਮੈਂਟ ਦੇ ਨਾਲ ਜੁੜੇ ਹੈ, ਚਾਹੇ ਉਹ ਸਰਕਾਰ ਦੀ ਕਮਿਟਮੈਂਟ ਹੈ, ਚਾਹੇ ਉਹ ਡੈਪੋ ਸਕੀਮ ਹੈ, ਚਾਹੇ ਜੋ ਵੀ ਰੀਹੈਬਿਲੀਟੇਸ਼ਨ ਸੈਂਟਰ ਲਾਏ, ਉਹਨਾਂ ਸਾਰਿਆਂ ਦਾ ਜਿਹੜਾ ਨਤੀਜਾ ਹੁਣ ਸਾਹਮਣੇ ਦਿਖਣ ਲੱਗਿਆ। ਰਿਪੋਰਟ ਸਰ ਕੀ ਦਿੱਤੀ ਗਈ ਹੈ SSPDC ਵੱਲੋਂ? ਦੇਖੋ, CM ਸਾਹਿਬ ਨੇ ਬੜੇ ਤਫਸੀਲ ਨਾਲ ਸਾਰੇ ਡਿਸਟ੍ਰਿਕਟ ਵਾਈਜ਼ ਸਾਰਿਆਂ ਨੂੰ ਪੁੱਛਿਆ, ਬਹੁਤ ਸਾਰੇ ਡਿਸਟ੍ਰਿਕਟਸ ਜਿਸ ਤਰ੍ਹਾਂ ਬਾਰਡਰ ਵਾਲੇ ਡਿਸਟ੍ਰਿਕਟ, ਉੱਥੇ ਵੀ ਗੱਲਾਂ ਹੋਈਆਂ, ਹਰੇਕ ਉਹਨਾਂ ਦੇ ਸਾਰੇ ਜਿਹੜੇ ਅਫਸਰ ਸਾਹਿਬਾਨ ਸੀਗੇ ਇਸ ਗੱਲ 'ਤੇ ਉਹਨਾਂ ਦੀ ਸਹਿਮਤੀ ਸੀਗੀ ਵੀ ਸੁਸਾਇਟੀ ਦੇ ਲੋਕ, ਸਮਾਜ ਦੇ ਲੋਕ ਹੁਣ ਨਾਲ ਜੁੜ ਕੇ ਇਸ ਕੋਹੜ ਤੋਂ ਛੁਟਕਾਰਾ ਪਾਉਣ ਦਾ ਉਹਨਾਂ ਨੇ ਮਨ ਬਣਾ ਲਿਆ ਅਤੇ ਉਹਦੇ ਅੱਛੇ ਨਤੀਜੇ ਆਉਣ। ਜਾਖੜ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਨੇ ਕਿ ਨਸ਼ਿਆਂ ਦੇ ਗੁਰਖ ਧੰਦੇ 'ਚ ਜਿਸ ਦੀ ਵੀ ਸ਼ਮੂਲੀਅਤ ਪਾਈ ਗਈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਬਹੁਤ ਹੀ ਕਲੀਅਰ ਕੱਟ ਦੇਖੋ, ਕੈਪਟਨ ਸਾਹਿਬ ਨੇ ਆ ਮੇਰੇ ਖਿਆਲ 'ਚ ਮਹੀਨਾ ਪਿਆ ਉਸ ਤੋਂ ਪਹਿਲਾਂ ਮੀਟਿੰਗ ਸਾਰੀ ਲਈ ਸੀਗੀ, ਇੱਕ ਬੈਠ ਕੇ ਕੈਬਨਿਟ ਮੀਟਿੰਗ ਵੀ ਇਸ ਮਸਲੇ 'ਤੇ ਲਈ ਸੀ। ਉਹਦੇ ਬਾਅਦ ਅੱਜ ਸਾਰੇ ਪੁਲਿਸ ਅਧਿਕਾਰੀ, ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਫੇਰ ਬਦਲ ਹੋਈਆਂ ਪੁਲਿਸ ਦੇ ਵਿੱਚ, ਐਡਮਿਨਿਸਟ੍ਰੇਸ਼ਨ ਦੇ ਵਿੱਚ, ਉਹਨਾਂ ਸਾਰਿਆਂ ਅਧਿਕਾਰੀਆਂ ਤੋਂ ਰਿਪੋਰਟ ਲੈ ਕੇ ਜਿਹੜੀ ਆਈ ਹੈ ਸਾਹਮਣੇ, ਇੱਕ ਕਲੀਅਰ ਮੈਸੇਜ ਕੈਪਟਨ ਸਾਹਿਬ ਨੇ ਦਿੱਤਾ ਹੈ ਵੀ ਕਿਸੇ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ, ਚਾਹੇ ਉਹ ਕੋਈ ਸਿਵਿਲੀਅਨ ਇਹਦੇ ਵਿੱਚ ਇਨਵੋਲਵਡ ਹੈ, ਚਾਹੇ ਕੋਈ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਇਨਵੋਲਵਡ ਹੈ, ਨਸ਼ੇ ਦੇ ਇਸ ਕੰਮ ਦੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਜਾਖੜ ਨੇ ਮੁੜ ਦਾਅਵਾ ਕੀਤਾ ਕਿ ਨਸ਼ੇ ਦੀ ਸਪਲਾਈ ਪੂਰਨ ਰੂਪ 'ਚ ਬੰਦ ਹੋ ਚੁੱਕੀ ਹੈ ਅਤੇ ਨਸ਼ੇੜੀ ਗਲਤ ਦਵਾਈਆਂ ਦੀ ਵਰਤੋਂ ਕਰ ਮੌਤ ਨੂੰ ਗਲੇ ਲਗਾ ਰਹੇ ਨੇ। ਇਹਨਾਂ ਦਵਾਈਆਂ ਉੱਪਰ ਵੀ ਪਾਬੰਦੀ ਲੱਗ ਚੁੱਕੀ ਹੈ। ਕਾਂਗਰਸ ਪ੍ਰਧਾਨ ਅਨੁਸਾਰ ਹੁਣ ਪਿੰਡ ਪਿੰਡ ਪਹੁੰਚ ਨਸ਼ੇ ਦੇ ਆਦੀਆਂ ਦਾ ਚੈੱਕਅਪ ਵੀ ਸਿਹਤ ਵਿਭਾਗ ਵੱਲੋਂ ਕੀਤਾ ਜਾਵੇਗਾ। ਮੈਂ ਫਿਰ ਗੁਜ਼ਾਰਿਸ਼ ਕਰੂੰਗਾ, ਨਸ਼ੇ ਦੇ ਨਾਲ ਜਿਹੜਾ ਸੀਗਾ ਹੈਰੋਇਨ ਜਾਂ ਜਿਹੜੇ ਸਿੰਥੈਟਿਕ ਸਬਸਟਾਂਸਿਸ ਜਿਹੜੇ ਆ ਰਹੇ ਸੀਗੇ, ਜਿਹਨੂੰ ਅੱਜ ਤਾਈਂ ਇਸਤੇਮਾਲ ਕਰਦੇ ਰਹੇ ਨਸ਼ੇੜੀ, ਉਹਦੀ ਸਪਲਾਈ ਬਹੁਤ ਹੱਦ ਤਾਈਂ ਖਤਮ ਹੋ ਗਈ। ਜਦੋਂ ਜਿਨ ਲੋਕਾਂ ਨੂੰ ਲੱਤ ਹੈਗੀ, ਜਿਸ ਤਰ੍ਹਾਂ ਤੁਸੀਂ ਇੱਕ ਪਰਟੀਕੁਲਰ ਲੇਡੀ ਦੀ ਗੱਲ ਕਰ ਰਹੇ ਹੋ, ਉਹਨਾਂ ਦੇ ਬੱਚੇ ਜਾਂ ਪਰਿਵਾਰਾਂ 'ਚੋਂ ਜਾ ਕੇ ਜਦੋਂ ਨਸ਼ਾ ਨਹੀਂ ਮਿਲਦਾ,
ਤਾਂ ਉਹ ਤਰ੍ਹਾਂ ਤਰ੍ਹਾਂ ਦੇ ਜਾ ਕੇ ਮਿਕਸਚਰ ਜੇ ਬਣਾ ਕੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਅਫੀਮ ਦੇ ਵਿੱਚ ਸਟਿਕਣੀ ਪਾ ਕੇ ਕੋਈ ਸਟਿਕਣੀ ਪਾ ਕੇ ਕਿਸੇ ਨੂੰ ਬੋਟ, ਉਸੇ ਤਰ੍ਹਾਂ ਹੀ ਇਹ ਜਿਹੜੇ ਦਵਾਈਆਂ ਦੇ ਮਿਕਸਚਰ ਬਣਾ ਕੇ ਲੈਂਦੇ ਹੈ ਉਹਦੇ ਵਾਸਤੇ ਵੀ ਬੜੇ ਤਫਸੀਲ ਦੇ ਨਾਲ ਜਿਹੜੇ ਡਰੱਗ ਸਟੋਰ ਦੇ ਉੱਤੇ ਜਿਹੜੇ ਹੈ ਪ੍ਰਿਸਕ੍ਰਿਪਸ਼ਨ ਡਰੱਗਜ਼ ਹੈ ਜਿਨ੍ਹਾਂ ਦਾ ਗਲਤ ਇਸਤੇਮਾਲ ਡਰੱਗ ਦੇ ਨਸ਼ੇ ਦੇ ਤੌਰ 'ਤੇ ਹੋ ਰਿਹਾ, ਉਹਨਾਂ ਦੇ ਉੱਤੇ ਸਖਤੀ ਦੇ ਵੀ ਆਦੇਸ਼ ਦਿੱਤੇ ਹੈ। ਖੁਦ ਹੈਲਥ ਮਿਨਿਸਟਰ ਮਾਨਯੋਗ ਬ੍ਰਹਮ ਮਹਿੰਦਰਾ ਜੀ ਉੱਥੇ ਸੀਗੇ, ਉਹਨਾਂ ਨੇ ਵੀ ਜਿਹੜੀ ਤੁਸੀਂ ਆ ਘਾਟ ਦੱਸੀ ਹੈ ਵੀ ਮੈਡੀਕਲ ਅਸਿਸਟੈਂਸ ਔਰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਘਾਟ ਦੀ ਜਿਹੜੀ ਗੱਲ ਕੀਤੀ ਹੈ, ਇੱਕ ਜਿਹੜੀ ਗੱਲ ਖੁੱਲ੍ਹ ਕੇ ਸਾਹਮਣੇ ਆਈ, ਜਿਹੜੇ ਪੁਲਿਸ ਆਫਿਸਰ ਸਾਹਿਬਾਨ ਨੇ ਡੀਸੀਜ਼ ਨੇ ਆਪਣੀ ਗੱਲ ਰੱਖੀ ਵੀ ਸਾਨੂੰ ਜਦੋਂ ਤਾਈਂ ਆ ਪੂਰੀ ਫੈਸਿਲਿਟੀਜ਼ ਨਹੀਂ ਡਿਵੈਲਪ ਹੁੰਦੀਆਂ, ਸਾਨੂੰ ਕੋਈ ਨਾ ਕੋਈ ਮੋਬਾਈਲ ਯੂਨਿਟਸ ਦਿੱਤੀਆਂ ਜਾਣ ਤਾਂ ਕਿ ਜਿਹੜੇ ਲੋਕ ਜਿਨ੍ਹਾਂ ਦੇ ਪਰਿਵਾਰ ਆਪਣੇ ਬੱਚਿਆਂ ਨੂੰ ਲੈ ਕੇ ਆਏ ਆ ਵੀ ਸਾਡੇ ਬੱਚੇ ਨਸ਼ੇ ਦੇ ਇਸ ਕੋਰਟ ਦੇ ਵਿੱਚ ਅਕਾਲੀ ਪਾ ਗਏ ਅਤੇ ਉਹਨਾਂ ਤੋਂ ਖਹਿੜਾ ਛੁਡਾਓ, ਉਹਨਾਂ ਨੂੰ ਰੈਗੂਲਰ ਪਿੰਡਾਂ 'ਚ ਜਾ ਕੇ ਜਿੱਥੇ ਵੀ ਹੈ ਉਹਨਾਂ ਨੂੰ, ਤਾਂ ਕਿ ਉਹਨਾਂ ਲੋਕਾਂ ਦੇ ਦਿਹਾੜੀ ਖਰਾਬ ਨਾ ਹੋਵੇ, ਇੰਤਜ਼ਾਰ ਨਾ ਕਰਨਾ ਪਵੇ ਅਤੇ ਪਰੇਸ਼ਾਨੀ ਨਾ ਹੋਵੇ, ਉਹਨੂੰ ਦੇਖਦੇ ਕੈਪਟਨ ਸਾਹਿਬ ਨੇ ਅੱਜ ਆਦੇਸ਼ ਦਿੱਤੇ ਹੈ ਵੀ ਅਗਰ ਐਂਬੂਲੈਂਸਿਸ ਜਾਂ ਮੋਬਾਈਲ ਯੂਨਿਟਸ ਸਰਕਾਰ ਕੋਲ ਹੈ ਨਹੀਂ ਤਾਂ ਪ੍ਰਾਈਵੇਟ ਤੌਰ 'ਤੇ ਅੰਗੇਜ ਕਰਕੇ ਲੋਕਾਂ ਨੂੰ ਉਹਨਾਂ ਦੇ ਜਾ ਕੇ ਪਿੰਡੋ ਪਿੰਡ ਜਾ ਕੇ ਇਸ ਮੈਸੇਜ ਨੂੰ ਪਹੁੰਚਾਇਆ। ਲੋਕਾਂ ਦੇ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਨੇ ਸਖਤੀ ਦਿਖਾਈ ਹੈ। ਹੁਣ ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ ਆਮ ਲੋਕਾਂ ਦਾ ਸਹਿਯੋਗ ਮੰਗਿਆ ਜਾ ਰਿਹਾ ਤੇ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਵੀ ਤਾੜਨਾ ਕੀਤੀ ਗਈ ਹੈ। ਪਰ ਜੇਕਰ ਇਹ ਦਾਅਵੇ ਹਕੀਕਤ 'ਚ ਵੀ ਪੂਰਨ ਰੂਪ 'ਚ ਨਜ਼ਰ ਆਏ ਤਾਂ ਪੰਜਾਬ ਜ਼ਰੂਰ ਨਸ਼ਾ ਮੁਕਤ ਹੋ ਸਕਦਾ ਹੈ। ਬਿਊਰੋ ਰਿਪੋਰਟ, FYI ਮੀਡੀਆ ਲਈ।